ਆਓ ਮਿਹਨਤਾਂ ਤੇ ਜ਼ੋਰ ਨੇ ਜੋ ਛੱਡਦੇ ਓ ਹੋਰ ਨੇ ਕੌਲੀ ਚੱਕ ਦੱਲੇ ਸਾਰੇ ਇਕੱਠੇ ਕਰ ਪੋਰ ਨੇ ਰੰਗ ਪੱਕੇ ਦੰਦ ਪੱਕੇ ਪਾਈ ਅੱਗ ਸੰਦ ਪੱਕੇ ਝੂਮ ਝੂਮ ਤੁਰਦੇ ਜੋ ਸਾਰੇ ਵਿੱਚ ਲੋਰ ਸਤਿ ਸ੍ਰੀ ਅਕਾਲ ਜੀ, ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ। ਸੋ ਵੀਡੀਓ ਲੈ ਕੇ ਆਏ ਜੀ ਬਾਦਸ਼ਾਹ ਸੌਂਗ, ਸਿੱਧੂ ਮੂਸੇਵਾਲੇ ਬਾਈ ਦਾ AI ਲਗਾ ਕੇ ਬਣਾਇਆ ਹੋਇਆ ਸੌਂਗ। ਅਤੇ ਪਹਿਲਾਂ ਵੀ ਆਪਾਂ ਬੜੇ ਸੌਂਗਾਂ 'ਤੇ ਰਿਐਕਸ਼ਨ ਕੀਤਾ ਹੈ ਜਿਹਦੇ ਵਿੱਚ ਸੌਂਗ ਕਿਸੇ ਦਾ ਹੁੰਦਾ ਹੈ, ਪਰ ਜਦੋਂ AI ਲਾ ਕੇ ਸਿੱਧੂ ਮੂਸੇਵਾਲੇ ਦੀ ਵੋਇਸ 'ਚ ਬਣਾ ਦਿੱਤਾ ਜਾਂਦਾ ਹੈ ਅਤੇ ਸਵਾਦ ਆ ਜਾਂਦਾ ਹੈ ਜੀ। ਅਤੇ ਆਓ ਇਹ ਦੇਖਣਾ ਕਰਦੇ ਹਾਂ, ਬਾਦਸ਼ਾਹ ਸੌਂਗ ਦਾ ਨਾਮ ਹੈ ਅਤੇ ਸਿੱਧੂ ਮੂਸੇਵਾਲੇ ਦੀ ਵੋਇਸ 'ਚ ਹੈ, ਅਤੇ ਕਿਹਦਾ ਫਿਰ ਰੀਅਲ ਸੌਂਗ ਕਿਹਦਾ ਇਹ ਵੀ ਆਪਾਂ ਗੱਲਬਾਤ ਕਰਾਂਗੇ। ਆਓ ਪਹਿਲਾਂ ਆਪਾਂ ਇਸ ਸੌਂਗ ਨੂੰ ਦੇਖਣਾ ਕਰਦੇ ਹਾਂ। ਬਾਦਸ਼ਾਹ NSG ਤੇ ਸਕਿੱਲ ਲਾਈਫ ਵੱਲੋਂ ਇਹਨਾਂ ਨੂੰ ਮਿਊਜ਼ਿਕ ਦਿੱਤਾ ਗਿਆ ਹੁੰਦਾ ਇਸ ਸੌਂਗ ਨੂੰ, ਅਤੇ ਬੜੇ ਸੋਹਣਾ ਬਾਈ ਮਿਊਜ਼ਿਕ ਦਿੰਦੇ ਨੇ, ਅਤੇ NSG ਓਫੀਸ਼ੀਅਲ ਚੈਨਲ 'ਤੇ ਸੌਂਗ ਪਿਆ ਹੋਇਆ, ਚੈੱਕ ਕਰਿਓ ਜ਼ਰੂਰੀ ਸਾਰੇ ਆ ਕੇ। ਆਓ ਦੇਖਣਾ ਬਾਦਸ਼ਾਹ ਸੱਚੇ ਪਾਤਸ਼ਾਹ ਬਣਾ ਕੇ ਰੱਖੀ ਬਾਦਸ਼ਾਹ ਪੈ ਜਾਵੇ ਨਾ ਕਿਸੇ ਅੱਗੇ ਹੱਥ ਅੱਡਣਾ। ਹੋ ਸੱਚੇ ਪਾਤਸ਼ਾਹ ਬਣਾ ਕੇ ਰੱਖੀ ਬਾਦਸ਼ਾਹ ਪੈ ਜਾਵੇ ਨਾ ਕਿਸੇ ਅੱਗੇ ਹੱਥ ਅੱਡਣਾ। ਜਿਹੜਾ ਜਿਹੜਾ ਭਰਿਆ ਸੀ ਰਾਮ ਦਾ ਰੂੜਾ ਮੈਂ ਸਾਲਾ ਕੋਈ ਵੀ ਸੁੱਕਾ ਨੀ ਛੱਡਣਾ। ਸੱਚੇ ਪਾਤਸ਼ਾਹ ਬਣਾ ਕੇ ਰੱਖੀ ਬਾਦਸ਼ਾਹ ਪੈ ਜਾਵੇ ਨਾ ਕਿਸੇ ਅੱਗੇ ਹੱਥ ਅੱਡਣਾ। ਸੱਚੇ ਪਾਤਸ਼ਾਹ ਬਣਾ ਕੇ ਰੱਖੀ ਬਾਦਸ਼ਾਹ ਪੈ ਜਾਵੇ ਨਾ ਸੱਚੇ ਪਾਤਸ਼ਾਹ ਬਣਾ ਕੇ ਰੱਖੀ ਬਾਦਸ਼ਾਹ ਨਾ ਪੈ ਜੇ ਕਿਸੇ ਅੱਗੇ ਹੱਥ ਅੱਡਣਾ, ਕਿ ਪਾਤਸ਼ਾਹ ਮੈਨੂੰ ਇਹੋ ਜਿਹਾ ਬਣਾ ਕੇ ਰੱਖੀ ਕਿ ਕਿਸੇ ਅੱਗੇ ਹੱਥ ਨਾ ਅੱਡਣਾ ਪਵੇ। ਮਿਹਨਤਾਂ ਕਰਦੇ ਰਹੋ ਗੁਰੂ, ਇੱਕ ਗੱਲ ਯਾਦ ਰੱਖਿਓ, ਗੁਰੂ ਜਿਹੜਾ ਹੈ ਨਾ ਉਹ ਕਿਤੇ ਬਾਹਰ ਵੱਖਰਾ ਨਹੀਂ ਵੱਸਦਾ, ਉਹ ਤੁਹਾਡੇ ਅੰਦਰ ਵੱਸਦਾ ਹੁੰਦਾ। ਉਹ ਹਮੇਸ਼ਾ ਤੁਹਾਨੂੰ ਉੱਦਮ ਕਰਨ ਦੀ ਇੱਕ ਸਪਿਰਿਟ ਭਰਦਾ ਹੈ ਤੁਹਾਡੇ ਅੰਦਰ। ਇਸ ਕਰਕੇ ਕਿਸੇ ਅੱਗੇ ਹੱਥ ਫੈਲਾਉਣ ਤੋਂ ਚੰਗਾ, ਕਿਸੇ ਦੀ ਆਸ 'ਤੇ ਰਹਿਣ ਤੋਂ ਚੰਗਾ, ਆਪ ਤੁਸੀਂ ਉਸ ਮਿਹਨਤਾਂ ਵੱਲ ਵਧੋ, ਉਸ ਕਹਿ ਲਈਏ ਕਿ ਸਟਰਗਲ ਕਰਕੇ ਉਸ ਮੁਕਾਮ ਵੱਲ ਵਧੋ, ਤਾਂ ਹੋ ਸਕਦਾ ਜਿੱਦਾਂ ਚਿਰ ਤੁਸੀਂ ਕਿਸੇ 'ਤੇ ਹੋਰ 'ਤੇ ਆਸ ਲਾ ਕੇ ਬੈਠੇ ਹੋ, ਉਹਦੇ ਨਾਲੋਂ ਪਹਿਲਾਂ ਤੁਸੀਂ ਆਪ ਮਿਹਨਤ ਕਰਕੇ ਉਸ ਜਗ੍ਹਾ 'ਤੇ ਪਹੁੰਚੋ। ਸੋ ਬਹੁਤ ਪਿਆਰਾ ਸੌਂਗ ਯਾਰ, ਐਂਡਲੈਸ। ਕਿਸੇ ਅੱਗੇ ਹੱਥ ਅੱਡਣਾ, ਸੱਚੇ ਪਾਤਸ਼ਾਹ ਬਣਾ ਕੇ ਰੱਖੀ ਬਾਦਸ਼ਾਹ ਪੈ ਜਾਵੇ ਨਾ ਕਿਸੇ ਅੱਗੇ ਹੱਥ ਅੱਡਣਾ। ਹਾਏ ਹਾਏ ਹਾਏ, ਸਵਾਦ ਲਿਆਤਾ ਯਾਰ। ਆਓ ਮਿਹਨਤਾਂ ਤੇ ਜ਼ੋਰ ਨੇ ਜੋ ਛੱਡਦੇ ਓ ਹੋਰ ਨੇ, ਕੌਲੀ ਚੱਕ ਦੱਲੇ ਸਾਰੇ ਇਕੱਠੇ ਕਰ ਪੋਰ ਨੇ, ਰੰਗ ਪੱਕੇ ਦੰਦ ਪੱਕੇ ਪਾਈ ਅੱਗ ਸੰਦ ਪੱਕੇ ਝੂਮ ਝੂਮ ਤੁਰਦੇ ਜੋ ਸਾਰੇ ਵਿੱਚ ਲੋਰ ਨੇ, ਤੁਰਦੇ ਜੋ ਸਾਰੇ ਵਿੱਚ ਲੋਰ ਨੇ। ਆਓ ਪੁੱਟੀ ਪੱਤਲਾ ਚ ਹੋਵੇ ਭਾਵੇਂ ਪੱਤਲਾ ਤੋਂ ਉੱਤੇ, ਪਰ ਤੇਰਾ ਨਹੀਂ ਉਹ ਲੜੀ ਛੱਡਣਾ। ਸੱਚੇ ਪਾਤਸ਼ਾਹ ਬਣਾ ਕੇ ਰੱਖੀ ਬਾਦਸ਼ਾਹ ਪੈ ਜਾਵੇ ਨਾ ਕਿਸੇ ਅੱਗੇ ਹੱਥ ਅੱਡਣਾ। ਸੱਚੇ ਪਾਤਸ਼ਾਹ ਬਣਾ ਕੇ ਰੱਖੀ ਬਾਦਸ਼ਾਹ ਪੈ ਜਾਵੇ ਨਾ ਕਿਸੇ ਅੱਗੇ ਹੱਥ ਅੱਡਣਾ। ਅੜਿਆਰੇ ਜੋਰ ਲਾਇਆ ਥੱਲੇ ਨੀ ਆਏ, ਮੇਰੇ ਯਾਰ ਨਾਲ ਖੜੇ ਅਸੀਂ ਕੱਲੇ ਨੀ ਆਏ। ਅੱਜ ਮਸਤ ਬਣੀ ਮੈਂ ਨੀ ਮੰਜ਼ਲਾ ਗਰੀਬ ਨੀ ਐ ਮੈਂ ਉਂਗਲਾਂ ਚ ਨਗ ਛੱਲੇ ਨੀ ਪਾਏ। ਆਪਣੇ ਆਪ ਵਿੱਚ ਪੜੇ ਜਾਈਏ ਕੱਲੇ ਆ ਮੈਂ ਕਿਸੇ ਦੇ ਨੀ ਪਿੱਛੇ ਭੱਜਣਾ, ਕਿਸੇ ਦੇ ਨੀ ਪਿੱਛੇ ਭੱਜਣਾ। ਕੀ ਬਾਤ ਹੈ ਯਾਰ। ਸੱਚੇ ਪਾਤਸ਼ਾਹ ਬਣਾ ਕੇ ਰੱਖੀ ਬਾਦਸ਼ਾਹ ਪੈ ਜਾਵੇ ਨਾ ਕਿਸੇ ਅੱਗੇ ਹੱਥ ਅੱਡਣਾ। ਸੱਚੇ ਪਾਤਸ਼ਾਹ ਬਣਾ ਕੇ ਰੱਖੀ ਬਾਦਸ਼ਾਹ ਪੈ ਜਾਵੇ ਨਾ ਕਿਸੇ ਅੱਗੇ ਹੱਥ ਅੱਡਣਾ। ਆਓ ਸਿੱਧੂਆਂ ਦਾ ਪੁੱਤ ਇੱਕ ਪਾਈ ਆਉਂਦਾ ਖੁੱਤ ਕੱਟ, ਕੱਲਾ ਹੀ ਬਥੇਰਾ ਐਂਟੀ ਹੁੰਦੇ ਇੱਕ ਜੁੱਟ, ਕਦੇ ਉੱਤੇ ਕਦੇ ਥੱਲੇ ਮਿੱਕਾ ਮੁੱਤ ਬਾਖਲੇ ਤੇ ਪ੍ਰੈਸ਼ਨ ਤੇ ਆ ਕੇ ਦਿੰਦੇ ਹੌਸਲਾ ਨਾ
ਦਾ ਸੁਣ ਸਾਡੇ ਕਿੰਨੇ ਪੈ ਗਏ ਵੈਰੇ ਓਨੇ ਪੱਕੇ ਹੋ ਗਏ ਪੈਰ ਬਸ ਲੈ ਨਾ ਥਮਕੇ ਵਧਣਾ ਸੱਚੇ ਪਾਤਸ਼ਾਹ ਬਣਾ ਕੇ ਰੱਖੀ ਬਾਦਸ਼ਾਹ ਤੈ ਜਵੇ ਨਾ ਕਿਸੇ ਅੱਗੇ ਹੱਥ ਅੱਡਣਾ ਸੱਚੇ ਪਾਤਸ਼ਾਹ ਬਣਾ ਕੇ ਰੱਖੀ ਬਾਦਸ਼ਾਹ ਤੈ ਜਵੇ ਨਾ ਕਿਸੇ ਅੱਗੇ ਹੱਥ ਅੱਡਣਾ ਬਾਤ ਯਾਰ ਸਿਰਾ ਲਾਤੀ ਬਾਬੇ ਸੌਂਗ ਐਂਡਲੈਸ ਯਾਰ ਇੱਥੋਂ ਤੱਕ ਹੀ ਸੌਂਗ ਸੀ ਇਹ ਸੀ ਜੀ ਬਾਈ ਜੀ ਸੌਂਗ ਅਤੇ ਰੀਅਲ ਸੌਂਗ ਇਹ ਹੈਗਾ ਹਿੰਮਤ ਸੰਧੂ ਬਾਈ ਦਾ ਜਦੋਂ ਹਿੰਮਤ ਸੰਧੂ ਬਾਈ ਦਾ 84 ਦੇ ਸੌਂਗ ਆਏ ਸੀ ਬੜੇ ਸੌਂਗ ਹਿੰਮਤ ਸੰਧੂ ਬਾਈ ਦੇ ਆਏ ਸੀ ਅਤੇ ਕਈਆਂ ਵੱਲੋਂ ਸਰਕਾਰਾਂ ਵੱਲੋਂ ਉਹ ਸੌਂਗਾਂ ਨੂੰ ਬੈਨ ਕਰ ਦਿੱਤਾ ਗਿਆ ਸੀ ਜਦੋਂ ਹਿੰਮਤ ਸੰਧੂ ਬਾਈ ਨੇ ਇਹ ਸੌਂਗ ਕੱਢੇ ਸੀ ਅਤੇ ਬੈਨ ਕਰ ਦਿੱਤਾ ਗਿਆ ਸੀ ਤਾਂ ਉਸ ਤੋਂ ਬਾਅਦ ਹਿੰਮਤ ਸੰਧੂ ਬਾਈ ਦਾ ਇਹ ਚੀਜ਼ ਸੌਂਗ ਆਇਆ ਸੀ ਕਿ ਸੱਚੇ ਪਾਤਸ਼ਾਹ ਬਣਾ ਕੇ ਰੱਖੀ ਬਾਦਸ਼ਾਹ ਨਾ ਪੈ ਜੇ ਕਿਸੇ ਅੱਗੇ ਹੱਥ ਅੱਡਣਾ ਕਿ ਕਿਸੇ ਲੇਲੜੀਆਂ ਨਾ ਕਰਨੀਆਂ ਪੈਣ ਆਪਣੇ ਦਮ 'ਤੇ ਕੋਈ ਗੱਲ ਨਹੀਂ ਜੇ ਬਲੌਗ ਕਰਤਾ ਤਾਂ ਹੋਰ ਬਹੁਤ ਲਿਖੇ ਪਏ ਨਾ ਹੋਰ ਬਹੁਤ ਗਾਉਣ ਦੀ ਹਿੰਮਤ ਪਈ ਹੈ ਗੱਲ ਕੀਤੀ ਬਾਈ ਨੇ ਲਾਸਟ ਦੇ ਪੈਰੇ ਦੇ ਵਿੱਚ ਕਿ ਜਿਵੇਂ ਇੱਧਰ ਇਕੱਲਾ ਹੀ ਬਹੁਤ ਹੈ ਇਹ ਯਾਦ ਰੱਖਿਓ ਕਿ ਜਿਵੇਂ ਕਹਿੰਦੇ ਨਾ 1,25,000 ਸੇ ਏਕ ਲੜਾਓ ਤਬੇ ਗੋਬਿੰਦ ਸਿੰਘ ਨਾਮ ਕਹਾਓ ਕਿ 1,25,000 ਨਾਲ ਲੜਨ ਦੀ ਹਿੰਮਤ ਹੋਵੇ ਭਾਵ ਕਿ ਤੁਸੀਂ ਇਕੱਲੇ 1,25,000 ਵਰਗੇ ਹੋ ਜੇ ਕੋਈ ਗੱਲ ਨਹੀਂ ਇੱਕ ਬੰਨਿਓ ਸਾਰੇ ਆ ਜਾਣ ਦੂਜੇ ਬੰਨਿਓ ਇਕੱਲੇ ਹਨ ਅਤੇ ਸੰਭਾਲਣ ਦੀ ਤੁਹਾਡੇ ਅੰਦਰ ਸਹਿਣਸ਼ੀਲਤਾ ਸ਼ਕਤੀ ਹੋਵੇ ਉਹ ਚੀਜ਼ ਦੀ ਇਸ ਕਰਕੇ ਹਮੇਸ਼ਾ ਇਹ ਗੱਲ ਯਾਦ ਰੱਖਿਓ ਕਿ ਉਹ ਦੇਖੋ 1,25,000 ਅਸੀਂ ਦੂਜੀ ਸਾਈਡ ਵਾਲੇ ਬੰਨੇ ਕਹਿੰਦੇ ਕਿ ਆਪਾਂ 1,25,000 ਨਾਲ ਮੁਕਾਬਲਾ ਕਰਨਾ ਇੱਕ ਬੰਦੇ ਦੇ ਗੁਣਾ ਕਰਕੇ ਵੀ ਉਹਨੂੰ 1,25,000 ਦੇ ਬਰਾਬਰ ਸਮਝਿਆ ਜਾਂਦਾ ਹੈ ਉਹ ਇਸ ਤਰੀਕੇ ਦੇ ਨਾਲ ਸਮਝਿਆ ਜਾਂਦਾ ਹੈ ਕਿ ਬੰਦੇ ਨੂੰ ਜਿਵੇਂ ਕਹਿ ਲਈਏ ਕਿ ਹੁਣ ਬੰਦਾ ਰਾਈਟਰ ਵੀ ਹੋਵੇ ਚੰਗਾ ਲਿਖਦਾ ਵੀ ਹੋਵੇ ਚੰਗਾ ਗਾਉਂਦਾ ਵੀ ਹੋਵੇ ਚੰਗਾ ਵਜਾਉਂਦਾ ਵੀ ਹੋਵੇ ਹਰ ਚੀਜ਼ ਬੰਨੇ ਕਹਿ ਲਈਏ ਗੁਣਾਂ ਦੇ ਨਾਲ ਭਰਪੂਰ ਹੋਵੇ ਉਹ ਕਿਸੇ ਦੇ ਕਹਿ ਦੀਆਂ ਲੀਲੜੀਆਂ ਨਹੀਂ ਕਰਨੀਆਂ ਪੈਣ ਉਹਦੇ ਕਰਕੇ ਬੰਦਾ ਯਾਰ ਬੰਦਾ ਇੱਕ ਆ ਪਰ ਕੰਮ ਉਹ ਕਿੰਨਿਆਂ ਦਾ ਸੰਭਾਲੀ ਫਿਰਦਾ ਹੈ ਇਸੇ ਕਰਕੇ ਹੁਣ ਕਿਸੇ ਦੇ ਨਾਲ ਸਾਡੀ ਕੋਈ ਇਹੋ ਜਿਹੀ ਬਿਸ਼ੱਕ ਦਿੱਤੀ ਫੈਮਿਲੀ ਦੇ ਵਿੱਚ ਹੋ ਜਾਂ ਕਿਸੇ ਵੀ ਹੋ ਕਿਤੇ ਕੋਈ ਜੰਗ ਨਹੀਂ ਹੁੰਦੀ ਪਰ ਕਿਸੇ ਵੇਲੇ ਹੁੰਦਾ ਪਰਿਵਾਰ ਦਾ ਇੱਕ ਮੈਂਬਰ ਹੀ ਹੁੰਦਾ ਜਿਹੜਾ ਸਾਰੇ ਟੱਬਰ ਦਾ ਭਾਰ ਚੁੱਕ ਕੇ ਫਿਰਦਾ ਹੁੰਦਾ ਇਸ ਕਰਕੇ ਤੁਸੀਂ ਵੀ ਆਪਣੀਆਂ ਜ਼ਿੰਮੇਵਾਰੀਆਂ ਨੂੰ ਨਿਭਾਓ ਅਤੇ ਕਿਸੇ ਅੱਗੇ ਹੱਥ ਅੱਡਣ ਦੀ ਲੋੜ ਨਾ ਪਵੇ ਬਹੁਤ ਪਿਆਰਾ ਸੌਂਗ ਅਤੇ ਸੱਚੀ ਜੇ ਸਿੱਧੂ ਮੂਸੇਵਾਲੇ 'ਤੇ ਵੀ ਗੱਲ ਨਾ ਕਰੀਏ ਆਪਣਾ ਤਾਂ ਉਹ ਵੀ ਬੰਦਾ ਇੱਕ ਸਾਈਡ 'ਤੇ ਇਕੱਲਾ ਸੀ ਸਾਰੇ ਉਸ ਵਕਤ ਉਸ ਨੂੰ ਢਾਉਣ ਲੱਗੇ ਜਦੋਂ ਇਲੈਕਸ਼ਨਾਂ ਦੇ ਵਿੱਚ ਉਹ ਬਾਈ ਹਾਰ ਗਿਆ ਸੀ ਨਾ ਬੜਿਆਂ ਨੇ ਕੀਤਾ ਪਰ ਉਹਨੇ ਬੰਦੇ ਨੇ ਫਿਰ ਵੀ ਉੱਠ ਕੇ ਖੜ੍ਹੇ ਹੋ ਗਏ ਸਕੈਪ ਗੋਡ ਗਾਣਾ ਉਹ ਮੂੰਹ 'ਤੇ ਉਹਨਾਂ ਦੇ ਬੰਦਿਆਂ ਦੇ ਚਪੇੜਾਂ ਮਾਰੀਆਂ ਸੀ ਸਕੈਪ ਗੋਡ ਗਾਣਾ ਕੱਢ ਕੇ ਆਪਣੇ ਲਿਰਿਕਸ ਦੇ ਨਾਲ ਜਿਹੜੇ ਬੰਦੇ ਕਹਿੰਦੇ ਹੁਣ ਮੈਨੂੰ ਲੋਕੋ ਗਦਾਰ ਦੱਸੋ ਕੌਣ ਸੋ ਬਹੁਤ ਪਿਆਰਾ ਸੌਂਗ ਅਤੇ ਜ਼ਰੂਰ ਬਾਈਆਂ ਦੇ ਸੌਂਗ ਨੂੰ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਦੇ ਦੇਵਾਂਗਾ ਚੈੱਕ ਕਰਿਓ ਸਕਿੱਲ ਲਾਈਫ ਵਾਲਿਆਂ ਵੱਲੋਂ ਮਿਊਜ਼ਿਕ ਦਿੱਤਾ ਹੋਇਆ NSG ਵੱਲੋਂ ਇਹ ਅਪਲੋਡ ਕੀਤਾ ਹੋਇਆ ਸੌਂਗ ਦੱਸਣਾ ਸੌਂਗ ਕਿਵੇਂ ਦਾ ਲੱਗਾ ਬਾਕੀ ਸੱਚੀ ਯਾਰ ਸਵਾਦ ਆ ਜਾਂਦਾ ਭਾਵੇਂ ਹਿੰਮਤ ਸੰਧੂ ਦਾ ਸੌਂਗ ਹੈ ਉਹਦਾ ਵੀ ਬਾਈ ਦਾ ਬਹੁਤ ਸਿਰਾ ਸੌਂਗ ਹੈ ਪਰ ਜਦੋਂ AI ਲਾ ਕੇ ਸਿੱਧੂ ਮੂਸੇਵਾਲੇ ਦੀ ਵੋਇਸ 'ਚ ਬਣਾ ਦਿੱਤਾ ਜਾਂਦਾ ਇਹ ਵੀ ਇੱਕ ਸੋਨੇ ਦੇ ਸੁਹਾਗੇ ਵਰਗਾ ਹੈ ਯਾਰ ਸੋ ਦੱਸਣਾ ਕਿਵੇਂ ਦਾ ਸੌਂਗ ਲੱਗਾ ਦਿੱਤਾ ਹੋਇਆ ਰਿਐਕਸ਼ਨ ਕਿਵੇਂ ਦਾ ਲੱਗਾ ਸੋ ਅਗਲੀ ਵੀਡੀਓ ਲੈ ਕੇ ਬਹੁਤ ਜਲਦੀ ਮਿਲਦੇ ਹਾਂ ਸਤਿ ਸ਼੍ਰੀ ਅਕਾਲ ਬਾਈ।